ਬਿਨ ਗੁਰ ਬੰਧਨ ਤੁਟਹਿ ਨਾਹੀ ਗੁਰਮੁਖ ਮੋਖ ਦੁਆਰਾ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣ ਹੈ, ਮਰ ਜਨਮ ਹੈ ਵਾਰੋ ਵਾਰਾ। ਧੰਨ ਗੁਰੂ ਗੋਬਿੰਦ ਸਿੰਘ ਜੀ। ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਹੈ ਟੀਮ ਨੂੰ ਬਖਸ਼ਿਸ਼ ਕਰਿਓ। ਗੁਰੂ ਪਿਆਰਿਓ, ਅਰਦਾਸ ਕਰਨ ਦੀ ਸਹੀ ਯੁਗਤੀ ਕੀ ਹੈ, ਅਰਦਾਸ ਕਿਵੇਂ ਪੂਰੀ ਹੁੰਦੀ ਹੈ ਅਤੇ ਅਰਦਾਸ ਸਾਨੂੰ ਕਿਵੇਂ ਕਰਨੀ ਚਾਹੀਦੀ ਹੈ, ਅੱਜ ਆਪਾਂ ਸਮਝਣ ਦਾ ਯਤਨ ਕਰਾਂਗੇ। ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਫਤਿਹ ਬੁਲਾਓ ਜੀ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕਰਨ ਵੇਲੇ ਮਨ ਦੀ ਜਿਹੜੀ ਦਸ਼ਾ ਹੈ ਨਾ, ਉਹ ਕੁਝ ਅਜਿਹੀ ਹੋਵੇ, ਕਿਉਂਕਿ ਪਾਤਸ਼ਾਹ 'ਤੇ ਜੇ ਭਰੋਸਾ ਹੋਵੇ, ਦੁਬਿਧਾ ਵਿੱਚ ਸਾਡਾ ਮਨ ਨਾ ਹੋਵੇ, ਪਾਤਸ਼ਾਹ 'ਤੇ ਭਰੋਸਾ ਪੂਰਨ ਰੂਪ ਵਿੱਚ ਹੋਵੇ। ਇਹਦਾ ਮਤਲਬ ਕਿ ਅਧੂਰਾ ਭਰੋਸਾ ਵੀ ਹੁੰਦਾ, ਮੈਨੂੰ ਪੂਰੇ ਦੀ ਗੱਲ ਕਰਨੀ ਪੈ ਗਈ। ਪੂਰਾ ਭਰੋਸਾ, ਅਧੂਰਾ ਭਰੋਸਾ ਸਾਡੇ ਵਿੱਚ ਹੁੰਦਾ ਹੈ, ਅਤੇ ਅਧੂਰੇ ਭਰੋਸੇ ਦੇ ਕਾਰਨ ਅਸੀਂ ਆਪਣੇ ਕਾਰਜ ਆਪ ਖਰਾਬ ਕਰ ਲੈਂਦੇ ਹਾਂ। ਕਿਵੇਂ ਖਰਾਬ ਕਰ ਲੈਂਦੇ ਹਾਂ, ਹੁਣ ਜ਼ਰਾ ਸਮਝਿਓ, ਕਿਉਂਕਿ ਸਾਨੂੰ ਅੱਜ ਸਮਝਣਾ ਪੈਣਾ, ਅੱਜ ਕੁਝ ਵਿਚਾਰ ਕਰਨੀ ਪੈਣੀ ਹੈ। ਸਾਡਾ ਦਿਮਾਗ ਇੰਨਾ ਕੁ ਅਵੇਸਲਾ ਹੋ ਗਿਆ, ਸੋਚਦਾ ਤਾਂ ਹੈ ਹੀ ਨਹੀਂ, ਗੱਲ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਵੀ ਆਹ ਕੰਮ ਤਾਂ ਗਲਤ ਹੋ ਗਿਆ, ਇਹ ਕੰਮ ਤਾਂ ਹੋਣਾ ਨਹੀਂ ਸੀ ਚਾਹੀਦਾ। ਪਰ ਪਰਮਾਤਮਾ ਕਹਿੰਦਾ ਹੈ, ਇੱਥੇ ਬੂਝੈ ਸੋ ਆਪ ਪਛਾਣੈ, ਹਰ ਹਰ ਪ੍ਰਭ ਹੈ ਤਿਸ ਕੇ ਰਾਹ। ਕਹਿੰਦੇ ਇੱਥੇ ਤੈਨੂੰ ਬੁੱਝਣਾ ਪੈਣਾ, ਆਪ ਪਛਾਣਨਾ ਪੈਣਾ, ਉਹ ਹਰੀ ਪਰਮਾਤਮਾ ਹੈ ਅਤੇ ਸਕੇਰਾ, ਉਹ ਤਾਂ ਪਰਮਾਤਮਾ ਤੇਰਾ ਹੀ ਹੈ, ਤੂੰ ਹੀ ਨਹੀਂ ਉਹਦਾ ਬਣਦਾ, ਤੂੰ ਹੀ ਨਹੀਂ ਉਹਦਾ ਬਣਦਾ। ਤੁਧ ਬਿਨ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ। ਕਹਿੰਦੇ ਉਹ ਤੋਂ ਬਿਨਾਂ ਕੀ ਮੰਗੀਏ, ਆਪਣੀ ਮੱਤ ਇੰਨੀ ਕੁ ਗਿਰਾਵਟ 'ਚ ਆ ਚੁੱਕੀ ਹੈ, ਆਪਾਂ ਦਾਤੇ ਕੋਲ ਜਾ ਕੇ ਦਾਤਾਂ 'ਤੇ ਮੰਗਦੇ ਹਾਂ, ਦਾਤੇ ਨੂੰ ਕਦੇ ਨਹੀਂ ਮੰਗਦੇ। ਸਮਝ ਲਿਆ ਗੱਲ ਨੂੰ, ਕਿਉਂਕਿ ਅੱਜ ਇਹੋ ਗੱਲ ਦੀ ਘਾਟ ਪੈ ਰਹੀ ਹੈ। ਤੁਧ ਬਿਨ ਹੋਰ ਜੇ ਮੰਗਣਾ, ਤੇ ਤੋਂ ਬਿਨਾਂ ਹੋਰ ਕੀ ਮੰਗਣਾ, ਬਿਨ ਦੁੱਖਾਂ ਕਹਿ ਦੁੱਖ। ਕਹਿੰਦੇ ਜੇ ਤੇ ਤੋਂ ਬਿਨਾਂ ਹੋਰ ਕੁਝ ਮੰਗੂੰਗਾ, ਉਹ ਤਾਂ ਦੁੱਖ ਹੀ ਦੁੱਖ ਨੇ ਮੇਰੇ ਲਈ। ਜੇ ਤੈਨੂੰ ਮੰਗੂੰਗਾ ਤੇ ਤੂੰ ਤਾਂ ਦੁੱਖਾਂ ਨੂੰ ਕੱਟਣ ਵਾਲਾ, ਮੈਂ ਤਾਂ ਦਾਤਾਂ ਨਾਲ ਜੁੜ ਗਿਆ। ਕਹਿੰਦੇ ਹੁਣ ਦੁੱਖ ਕਟਾਉਣ ਲਈ ਵੀ ਆਪਣੇ ਪਰਮਾਤਮਾ ਨੂੰ ਅਰਦਾਸ ਬੇਨਤੀਆਂ ਕਰਦਾ, ਤੂੰ ਪਰਮਾਤਮਾ ਨੂੰ ਭਾਲਦਾ ਤੂੰ, ਇਸ ਕਰਕੇ ਤੈਨੂੰ ਅੱਜ ਪਤਾ ਹੋਵੇ ਤੇਰੇ 'ਤੇ ਅੱਜ ਕਿਰਪਾ ਹੋਣੀ ਹੈ। ਪਰ ਤੂੰ ਕਹਿੰਦੇ ਕਿਰਪਾ ਕਰਾ ਨਹੀਂ ਰਿਹਾ, ਤੈਨੂੰ ਕਿਰਪਾ ਮਿਲਤੇ ਰਹੀ ਹੈ, ਤੂੰ ਪਛਾਣ ਵੀ ਨਹੀਂ ਰਿਹਾ। ਪਹਿਲੀ ਗੱਲ ਤਾਂ ਬੰਦੇ ਦਾ ਭਰੋਸਾ ਹੀ ਨਹੀਂ ਹੁੰਦਾ। ਬੰਦਾ ਕਹਿੰਦਾ ਅਰਦਾਸ ਕਰਾ ਦਿੰਦੇ ਹਾਂ, ਜੇ ਕਿਤੇ ਅਰਦਾਸ ਪੂਰੀ ਹੋ ਗਈ ਤਾਂ ਜੈ ਜੈਕਾਰ ਹੈ, ਜੇ ਨਾ ਪੂਰੀ ਹੋਈ ਤਾਂ ਕੋਈ ਗੱਲ ਨਹੀਂ, ਫਿਰ ਕੋਈ ਬਾਬਾ ਲੱਭਾਂਗੇ, ਕੋਈ ਐਸਾ ਬਾਬਾ ਦੇਖਾਂਗੇ ਜਿਹੜਾ ਬਾਬਾ ਘੋਲ ਕੇ ਤਬੀਤ ਪਿਆ ਦਾ ਹੈ, ਜਿਹੜਾ ਬਾਬਾ ਘੋਲ ਕੇ ਸਾਨੂੰ ਕੋਈ ਐਸੀ ਚੀਜ਼ ਪਿਆ ਦੇ, ਸਵਾਹ ਪਿਆ ਦੇ, ਫਿਰ ਇਹੋ ਜਿਹਾ ਬਾਬਾ ਲੱਭਣ ਦੀ ਅਸੀਂ ਪ੍ਰਤਿਸ਼ਠਾ ਵਿੱਚ ਚੱਲ ਪੈਂਦੇ ਹਾਂ। ਕਿਉਂ ਨਹੀਂ ਪੂਰੀ ਹੁੰਦੀ ਅਰਦਾਸ? ਇਸੇ ਕਰਕੇ ਨਹੀਂ ਪੂਰੀ ਹੁੰਦੀ, ਮਨ ਵਿੱਚ ਦੁਬਿਧਾ ਛਿੜੀ ਹੋਈ ਹੈ, ਮਨ ਵਿੱਚ ਭਰਮ ਪਿਆ ਹੋਇਆ, ਮਨ ਵਿੱਚ ਭਰਮ ਹੈ ਸਾਡੇ। ਦਾਤ ਪਿਆਰੀ ਵਿਸਰਿਆ ਦਾਤਾਰਾ, ਇਹ ਵੀ ਬੜੀ ਵੱਡੀ ਗੱਲ ਹੈ, ਦਾਤ ਨਾਲ ਜੁੜਿਆ ਹੋਇਆ, ਕਿਉਂਕਿ ਦਾਤ ਮਿਲ ਗਈ ਤਾਂ ਦਾਤਾ ਪਿਆਰਾ ਲੱਗਦਾ, ਜੇ ਦਾਤ ਉਹਨੇ ਨਾ ਦਿੱਤੀ ਫਿਰ ਇਹ ਦਾਤੇ ਨੂੰ ਬਲਾ ਭੁਰਾ ਆਖਦਾ, ਕਹਿੰਦਾ ਵੀ ਮੇਰੀ ਤਾਂ ਮੰਗ ਨਹੀਂ ਸੁਣੀ। ਹੁਣ ਇੰਨੀ ਵੱਡੀ ਗੱਲ ਸਮਝਣੀ ਪੈਣੀ ਹੈ ਸਾਨੂੰ,
ਕਿਉਂਕਿ ਜਿੰਨੀ ਵੱਡੀ ਚੀਜ਼ ਹੋਵੇ ਨਾ, ਮੰਗ ਹੋਵੇ, ਉਨੀ ਵੱਡੀ ਕਮਾਈ ਵੀ ਚਾਹੀਦੀ ਹੈ। ਨਿਤਨੇਮ ਤਾਂ ਸਾਡਾ ਹੈ ਕੋਈ ਨਹੀਂ, ਗੁਰੂ 'ਤੇ ਭਰੋਸਾ ਤਾਂ ਸਾਡਾ 1% ਨਹੀਂ, ਅਤੇ ਦਾਤ ਅਸੀਂ ਬੜੀ ਵੱਡੀ ਮੰਗ ਕੇ ਖਲੋ ਜਾਂਦੇ ਹਾਂ, ਅਤੇ ਪਾਤਸ਼ਾਹ ਕਿਵੇਂ ਦੇਣ, ਕਿਵੇਂ ਪੂਰੀ ਹੋਵੇ, ਜ਼ਰਾ ਦੱਸੋ। ਜੇ ਵਾਟ ਤੈਅ ਕਰਨੀ ਹੋਵੇ ਅਤੇ ਸਾਧਨ ਵੀ ਚਾਹੀਦਾ ਨਾ, ਅੱਜ ਸਾਡੇ ਕੋਲ ਸਾਧਨ ਘੱਟ ਹੈ ਅਤੇ ਮੰਗ ਸਾਡੀ ਵੱਡੀ ਹੈ। ਮੰਗ ਤਾਂ ਚਾਹੀਦੀ ਹੈ ਵੀ ਮੇਰੇ ਕੋਲ ਸਭ ਤੋਂ ਮਹਿੰਗੀ ਵਧੀਆ ਗੱਡੀ ਹੋਵੇ ਅਤੇ ਸਭ ਤੋਂ ਮਹਿੰਗੀ ਕੋਠੀ ਹੋਵੇ ਅਤੇ ਕਿਸੇ ਚੀਜ਼ ਦੀ ਤੋਟ ਨਾ ਹੋਵੇ, ਅਤੇ ਉਨੀ ਕਮਾਈ ਸਾਡੀ ਹੈ ਨਹੀਂ। ਨਿਤਨੇਮ ਹੋਣਾ ਹੈ। ਜੇ ਪੁੱਛੀਏ ਵੀ ਨਿਤਨੇਮ ਕਿੰਨਾ, ਬਸ ਜੀ ਕਦੇ ਕਦਾਈ ਜਪਜੀ ਸਾਹਿਬ ਕਰ ਲਈਦਾ, ਬਸ ਜੀ ਕਦੇ ਕਦਾਈ ਅਸੀਂ ਅਰਦਾਸ ਕਰ ਲਈਦੀ ਹੈ ਜੀ। ਕਿ ਗੁਰੂ ਘਰ ਕਦੋਂ ਜਾਂਦੇ ਹੋ? ਕਹਿੰਦੇ ਵੀ ਗੁਰੂ ਘਰ ਵੀ ਕਦੇ ਕਦੇ ਜਾ ਹੀ ਦੇ ਜੀ। ਸਭ ਤੋਂ ਵੱਡਾ ਤਨਖਾਹੀ ਹੈ ਉਹ ਬੰਦਾ ਜਿਹੜਾ ਗੁਰੂ ਘਰ ਨਹੀਂ ਜਾਂਦਾ ਅਤੇ ਸਤਸੰਗਤ ਨਹੀਂ ਕਰਦਾ। ਸਭ ਤੋਂ ਵੱਡਾ ਦੇਣਦਾਰ ਹੈ ਉਹ ਗੁਰੂ ਦਾ। ਇਹ ਗੱਲ ਕਦੀ ਨਾ ਭੁੱਲਿਓ। ਹੁਣ ਇਹ ਗੱਲਾਂ ਧਿਆਨ 'ਚ ਰੱਖਣੀਆਂ ਪੈਣਗੀਆਂ ਜੇ ਅਸਲ ਬਖਸ਼ਿਸ਼ਾਂ ਲੈਣੀਆਂ ਨੇ, ਅਰਦਾਸ ਪੂਰੀ ਕਰਾਉਣੀ ਹੈ। ਕਹਿੰਦੇ ਨੇ ਕਿਸੇ ਬੰਦੇ ਤੋਂ ਜੇ ਕੰਮ ਲੈਣਾ ਹੋਵੇ ਤਾਂ ਉਸ ਬੰਦੇ ਦੇ ਦਿਲ ਵਿੱਚ ਵੜਨਾ ਪੈਂਦਾ। ਜੇ ਗੁਰੂ ਤੋਂ ਵੀ ਆਪਣੀਆਂ ਰੀਝਾਂ ਪੂਰੀਆਂ ਕਰਵਾਉਣੀਆਂ ਨੇ ਤਾਂ ਪਿਆਰਿਓ ਅਤੇ ਗੁਰੂ ਨਾਲ ਵੀ ਸਾਨੂੰ ਐਸਾ ਦਿਲ ਵਾਲਾ ਰਿਸ਼ਤਾ ਕਾਇਮ ਕਰਨਾ ਪੈਣਾ। ਪਿਆਰ ਵਾਲੀ ਤੰਦ ਜੋੜਨੀ ਪੈਣੀ ਹੈ। ਇੱਥੇ ਪਿਆਰ ਨੂੰ ਪਹਿਲ ਹੈ। ਜਿਹੜਾ ਬੰਦਾ ਪਿਆਰ ਗੁਰੂ ਨਾਲ ਨਹੀਂ ਕਰ ਸਕਦਾ, ਬੇਨਤੀ ਕਰੂੰਗਾ, ਦਾਤਾਂ ਨਾਲ ਜੁੜਿਆ ਅਤੇ ਪਾਤਸ਼ਾਹ ਮਨ ਦੀ ਭਾਵਨਾ ਪੜ੍ਹ ਲੈਂਦੇ ਨੇ ਕਿ ਇਹਨੂੰ ਦਾਤਾਂ ਚਾਹੀਦੀਆਂ ਨੇ, ਮੇਰੇ ਨਾਲ ਇਹਨੂੰ ਕੋਈ ਲਗਾਵ ਨਹੀਂ। ਜਿਹੜਾ ਬੰਦਾ ਪਾਠ ਕਰੇ, ਹੁਣ ਦੇਖੋ ਪਾਠ ਕਰਨਾ ਵੀ ਅਲੱਗ ਗੱਲ ਹੈ। ਇੱਕ ਤਾਂ ਹੁੰਦਾ ਪਾਠ ਕਰਨਾ ਦਿਖਾਵੇ ਲਈ, ਇੱਕ ਹੁੰਦਾ ਪਾਠ ਕਰਨਾ ਕਿ ਗੁਰੂ ਪਾਤਸ਼ਾਹ ਮੈਂ ਤੈਨੂੰ ਜੱਚ ਜਾਵਾਂ, ਦੁਨੀਆ ਦੀ ਪਰਵਾਹ ਕੋਈ ਨਹੀਂ, ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੇ। ਇੱਕ ਹੁੰਦਾ ਪਾਠ ਕਰਕੇ ਜਣਾ ਦੇਣਾ, ਸੁਣਾ ਦੇਣਾ, ਅਤੇ ਉਹ ਵੀ ਉੱਥੇ ਕਮਾਈ ਜਿਹੜੀ ਕੀਤੀ ਹੁੰਦੀ ਹੈ, ਪੂੰਜੀ ਇਕੱਠੀ ਕੀਤੀ ਹੁੰਦੀ ਹੈ, ਉਹ ਵੀ ਖਤਮ ਹੋ ਜਾਂਦੀ ਹੈ। ਕਿਵੇਂ ਹੋ ਜਾਂਦੀ ਹੈ? ਬੇਨਤੀ ਕਰੂੰਗਾ, ਬੰਦਾ ਨਿਤਨੇਮ ਕਰ ਰਿਹਾ ਹੋਵੇ, ਕਿਸੇ ਦਾ ਫੋਨ ਆ ਜਾਏ, ਬੰਦਾ ਵਿੱਚੋਂ ਹੀ ਫੋਨ ਚੱਕ ਲੈਂਦਾ। ਜੇ ਨਾ ਚੱਕੇ ਤਾਂ ਬਾਅਦ ਵਿੱਚ, ਹਾਂਜੀ ਤੁਸੀਂ ਫੋਨ ਕੀਤਾ ਸੀ, ਮੈਂ ਨਿਤਨੇਮ ਕਰ ਰਿਹਾ ਸੀ। ਦੇਖੋ ਉੱਥੇ ਕਮਾਈ ਖਤਮ ਹੋ ਗਈ। ਗੱਡੀ ਵਿੱਚ ਜਾਂਦਾ ਅਤੇ ਬੰਦਾ ਕਹਿੰਦਾ ਮੈਂ ਤਾਂ ਨਿਤਨੇਮ ਕਰਦਾ ਹੀ ਜਾਂਦਾ ਹੁੰਦਾ, ਮੈਂ ਹੋਰ ਨਹੀਂ ਗੱਲ ਕਰਦਾ, ਉੱਥੇ ਕਮਾਈ ਖਤਮ ਹੋ ਗਈ। ਦੱਸਦਾ ਫਿਰਦਾ ਨਾ ਲੋਕਾਂ ਨੂੰ। ਇਹ ਭਾਵ ਕੀ ਇਹ ਵਡਿਆਈ ਨਹੀਂ ਹੈ? ਆਪਣੀ ਵਡਿਆਈ ਵਾਹ ਵਾਹ ਖੱਟ ਰਿਹਾ। ਪਾਤਸ਼ਾਹ ਕਹਿੰਦੇ ਨੇ ਚੰਗਾ ਨਾ ਹੋ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਹੁਣ ਦੱਸੋ ਭਾਈ, ਕਹਿੰਦੇ ਨੇ ਚੰਗਾ ਨਾਂ ਬਣਾਉਣ ਦੇ ਲਈ, ਚੰਗਾ ਨਾਂ ਰਖਾ ਕੇ ਦੁਨੀਆਂ ਵਿੱਚ ਵਾਹ ਵਾਹ ਤੇ ਖੱਟ ਸਕਦਾ, ਪਰ ਰੱਬ ਦੇ ਨਾਂ ਤੇ ਵਾਹ ਵਾਹ ਖੱਟਣ ਵਾਲਿਆ ਚੇਤੇ ਰੱਖੀ, ਪਰਮਾਤਮਾ ਦੇ ਦਰ ਤੇ ਨਾ ਹੀ ਤੂੰ ਤੇ ਨਾ ਹੀ ਤੇਰਾ ਫੋਕਾ ਨਾਮ ਕੰਮ ਨਹੀਂ ਆਉਂਦਾ। ਯਾਦ ਰੱਖੀ, ਇੱਥੇ ਅੱਜ ਗੱਡੀਆਂ ਦੇ ਕਾਫਲੇ ਲੈ ਕੇ ਘੁੰਮਣ ਵਾਲੇ ਲੋਕ, ਆਪਣੇ ਨਾਮ ਦੀ ਵੱਖਰੀ ਪਹਿਚਾਣ ਬਣਾਉਣ ਵਾਲੇ ਲੋਕ, ਅਤੇ ਗਰੀਬ ਮਨੁੱਖਾਂ ਦੇ ਦਲਿਤਾਂ ਦੇ ਹੱਕ ਦੱਬਣ ਵਾਲੇ ਲੋਕ ਮਤ ਭੁੱਲ ਬੈਠਣ ਕਿ ਪਰਮਾਤਮਾ ਨੇ ਇਨਸਾਫ ਨਹੀਂ ਕਰਨਾ, ਉਹਦੇ ਦਰ 'ਤੇ ਐਸਾ ਇਨਸਾਫ ਹੋਣਾ ਕਿ ਉੱਥੇ ਸਿਰਫ ਅਤੇ ਸਿਰਫ ਤੁਹਾਡਾ ਹੀ ਨਾਂ ਬੋਲਣਾ, ਉਹ ਨਾਂ ਬੋਲਣਾ ਹੈ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਗਿਣਤੀ ਹੋਣੀ ਹੈ ਗੁਨਾਹਗਾਰਾਂ ਦੇ ਵਿੱਚ। ਪਰ ਮੈਂ ਬੇਨਤੀ ਕਰਦਾ, ਇੱਥੇ ਕਿਉਂ ਸਾਨੂੰ ਅੱਜ ਮਾਰ ਕਿਉਂ ਪੈਂਦੀ ਹੈ, ਧੱਕੇ ਕਿਉਂ ਪੈਂਦੇ ਨੇ? ਕਿਉਂਕਿ ਅਰਦਾਸ ਦੇ ਉੱਪਰ ਵੀ ਸਾਨੂੰ ਭਰੋਸਾ ਨਹੀਂ ਹੈ। ਇੱਕ ਦਫ਼ਾ ਅਰਦਾਸ ਕਰਾ ਦਿੱਤੀ, ਮਨ ਵਿੱਚ ਭਰਮ ਪੈਂਦਾ ਵੀ ਪਤਾ ਨਹੀਂ ਅਰਦਾਸ ਪੂਰੀ ਹੋਣੀ ਹੈ ਕਿ ਨਾ, ਗੁਰੂ ਘਰ ਜਾ ਆਇਆ ਪਤਾ ਨਹੀਂ ਗੁਰੂ ਨੇ ਹਾਜ਼ਰੀ ਲਾਉਣੀ ਹੈ ਪਤਾ ਨਹੀਂ ਨਾ, ਮਨ ਵਿੱਚ ਭਰਮ ਹੁੰਦਾ ਨਾ ਸਾਡੇ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਵੀ ਗੁਰੂ ਘਰ ਜਾਣਾ ਮਨ 'ਚੋਂ ਹੰਕਾਰ ਕੱਢ ਕੇ ਜਾਵੀ, ਪਰ ਕਹਿੰਦੇ ਅਰਦਾਸ ਦੇ ਅਖਰੀ ਅਰਥ ਵੀ ਤੈਨੂੰ ਸਮਝਣੇ ਪੈਣੇ ਨੇ। ਅਰਦਾਸ ਕੀ ਹੈ ਜੀ?
ਪਹਿਲੀ ਗੱਲ ਤੇ ਇਹ ਸਮਝਣਾ ਪੈਣਾ ਅਰਦਾਸ ਕੀ ਹੈ। ਐੜਾ, ਐੜੇ ਦੇ ਅੱਖਰ ਸਮਝ ਲਿਓ, ਅੱਖਰੀ ਸ਼ਬਦ ਸਮਝ ਲਿਓ। ਐੜੇ ਦੇ ਸ਼ਬਦ ਕੀ ਨੇ, ਐੜੇ ਦੇ ਅੱਖਰੀ ਭਾਵ ਕੀ ਨੇ, ਐੜੇ ਦੇ ਅਰਥ ਨੇ ਅਰਜ। ਅਰਜ਼ੋਈ ਵੀ ਕਹਿ ਦਿੰਦੇ ਹਾਂ ਅਤੇ ਅਰਜ਼ ਕਹਿ ਦਿੰਦੇ ਹਾਂ ਵੀ ਆਪਾਂ ਅਰਜ਼ ਕਰਨੀ ਹੈ ਉਸ ਪਰਮਾਤਮਾ ਨੂੰ, ਅਪੀਲ ਕਰਨੀ ਹੈ ਉਸ ਪਰਮਾਤਮਾ ਅੱਗੇ। ਮੈਂ ਅਰਜ਼ੋਈ ਕਰਨੀ ਹੈ ਕਿ ਅਰਜ਼ੋਈ ਤਾਂ ਕਰਨੀ ਹੈ, ਅਰ ਪਲੱਸ ਜੋਈ, ਭਾਵ ਕਿ ਮੇਰੀ ਤੇ ਸਿਰਫ ਪਹੁੰਚ ਤੇਰੇ ਤੱਕ ਹੀ ਹੈ ਹੇ ਰੱਬ ਜੀ ਪਰਮਾਤਮਾ ਜੀ, ਹੁਣ ਤਾਂਹੀਓ ਪੂਰੀ ਕਰਨੀ ਹੈ। ਭਾਵ ਕਿ ਪੂਰਨ ਰੂਪ ਵਿੱਚ ਉਹਦੇ 'ਤੇ ਭਰੋਸਾ ਹੋਵੇ ਅਤੇ ਪਰਮਾਤਮਾ ਦੇ ਬਣ ਕੇ ਜਾਈਏ, ਪਰਮਾਤਮਾ ਦੇ ਉੱਪਰ ਹੀ ਭਰੋਸਾ ਕਰਕੇ ਜਾਈਏ, ਹੋਰ ਪਾਸਿਓਂ ਆਸ ਛੱਡ ਕੇ ਜਾਈਏ। ਮੈਂ ਕਹਿੰਦਾ ਦਸ਼ਮੇਸ਼ ਪਿਤਾ ਦੇ ਉੱਪਰ ਕੀਤਾ ਹੋਇਆ ਭਰੋਸਾ ਸਾਨੂੰ ਬੜੀਆਂ ਵੱਡੀਆਂ ਬਰਕਤਾਂ ਦਵਾ ਸਕਦਾ, ਪਰ ਕੀਤਾ ਹੋਇਆ ਇੱਕ ਐਸਾ ਕੰਮ ਜਿਹਦੇ ਵਿੱਚ ਭਰੋਸਾ ਨਾ ਹੋਵੇ, ਗੁਰੂ 'ਤੇ ਕੀਤਾ ਹੋਇਆ ਨਾ ਯਕੀਨ, ਸਾਨੂੰ ਐਸੀ ਮੰਜ਼ਿਲ ਵੱਲ ਤੋਰ ਦੇਗਾ ਜਿੱਥੇ ਜਾ ਕੇ ਕੇਵਲ ਦੁਬਦਾ ਹੀ ਦੁਬਦਾ ਹੈ। ਅੱਜ ਅਰਦਾਸ ਦੇ ਅੱਖਰੀ ਅਰਥ ਆਪਾਂ ਸਮਝ ਰਹੇ ਹਾਂ। ਅਰਦਾਸ ਕੀ ਹੈ? ਅਰਜ਼, ਅਰ ਭਾਵ ਰਾਰੇ ਦੇ ਅਰਥ ਸਮਝ ਲਿਓ। ਰਾਰੇ ਦੇ ਅਰਥ ਨੇ ਰਖਵਾਲਾ, ਤੂੰ ਗੁਰੂ ਨੂੰ ਰਖਵਾਲਾ ਸਮਝਣਾ। ਅਰਜ਼ੋਈ ਉਹਦੇ ਕੋਲ ਕਰਨੀ ਹੈ, ਉਹਨੂੰ ਆਪਣਾ ਰਖਵਾਲਾ ਸਮਝਣਾ, ਉਹਨੂੰ ਆਪਣੀ ਰੱਖਿਆ ਕਰਨ ਵਾਲਾ ਸਮਝਣਾ ਕਿ ਪਰਮਾਤਮਾ ਮੇਰੀ ਰੱਖਿਆ ਕਰਨ ਵਾਲਾ, ਉਹ ਮੇਰਾ ਰਖਵਾਲਾ ਹੈ। ਪਰ ਅੱਜ ਕੱਲ੍ਹ ਕੌਣ ਸਮਝਦਾ ਜੀ? ਗੁਰੂ ਗ੍ਰੰਥ ਸਾਹਿਬ ਨੂੰ ਰਖਵਾਲਾ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਵੈਸੇ ਰੱਖਿਆ ਹੋਇਆ। ਦਸ਼ਮੇਸ਼ ਪਿਤਾ ਨੇ ਕਿਹਾ ਸੀ ਗੁਰਬਾਣੀ ਦੇ ਉੱਪਰ ਭਰੋਸਾ ਰੱਖਿਓ, ਦੇਖਿਓ ਕਿਤੇ ਗੁਰਬਾਣੀ ਨੂੰ ਛੱਡ ਕੇ ਹੋਰ ਬੰਨੇ ਨਾ ਤੁਰ ਜਿਓ। ਪਰ ਅੱਜ ਸਾਡੀ ਹਾਲਤ ਇਹੋ ਬਣ ਗਈ, ਅੱਜ ਹਰ ਕੋਈ ਦੁਖੀ ਹੈ, ਹਰ ਕੋਈ ਰੋਂਦਾ ਹੈ, ਹਰ ਕੋਈ ਕਹਿੰਦਾ ਕਿ ਮੇਰੇ 'ਤੇ ਦੁੱਖ ਹੀ ਬੜੇ ਨੇ, ਮੇਰੇ ਘਰ ਵਿੱਚ ਸੁੱਖ ਨਹੀਂ ਨੇ। ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੰਨਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪਹਿਲ ਦਿੱਤੀ ਹੈ? ਨਹੀਂ ਨਹੀਂ ਜੀ, ਉਹ ਤਾਂ ਨਹੀਂ ਕੀਤੀ। ਫਿਰ ਆਪਾਂ ਕਿਹੜੇ ਮੂੰਹ ਨਾਲ ਕਹਿੰਦੇ ਹਾਂ? ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵਿੱਚੋਂ ਆਪਣਾ ਗੁਰੂ ਨਹੀਂ ਦਿਖ ਰਿਹਾ ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਛੱਡ ਕੇ ਅਸੀਂ ਸਾਧਾਂ ਦੇ ਡੇਰਿਆਂ 'ਤੇ ਚੌਂਕੀਆਂ ਭਰਦੇ ਪਏ ਹਾਂ ਅਤੇ ਮਾਤਾ ਰਾਣੀਆਂ ਦੇ ਮੱਥੇ ਟੇਕਦੇ ਪਏ ਹਾਂ ਅਤੇ ਪਕਵਾਨ ਕੱਢਦੇ ਪਏ ਹਾਂ ਅਤੇ ਅੱਗੇ ਹੁਣ ਵੇਖ ਲਿਓ, ਹੁਣ ਮੇਲੇ ਸ਼ੁਰੂ ਹੋ ਜਾਣੇ ਨੇ। ਉੱਥੇ ਫਿਰ ਕਿਵੇਂ ਕਈ ਸਿੱਖ ਗੁਰਸਿੱਖ ਪਰਿਵਾਰ ਵੀ ਗੁਲਗੁਲੇ ਕੱਢ ਕੇ, ਪੂਰ ਕੱਢ ਕੇ ਮੱਥੇ ਟੇਕ ਕੇ ਆਉਣਗੇ, ਮਿੱਟੀਆਂ ਕੱਢ ਕੇ ਆਉਣਗੇ ਅਤੇ ਬੇਨਤੀ ਕਰੂੰਗਾ ਫਿਰ ਕੀ ਫਾਇਦਾ ਹੋਇਆ ਤੁਹਾਡਾ ਅੰਮ੍ਰਿਤ ਛੱਕੇ ਦਾ? ਇਹਦਾ ਮਤਲਬ ਵੀ ਗੁਰੂ ਨੂੰ ਆਪਣਾ ਰਖਵਾਲਾ ਨਹੀਂ ਸਮਝਿਆ, ਗੁਰੂ ਨੂੰ ਸਹਾਇਤਾ ਕਰਨ ਵਾਲਾ ਨਹੀਂ ਸਮਝਿਆ, ਗੁਰੂ ਦੇ ਉੱਪਰ ਤੇ ਉਂਗਲ ਕੀਤੀ ਗੁਰੂ ਨੂੰ ਤੇ ਇਹਨਾਂ ਨੇ ਬਗਾਨਾ ਜਾਣਿਆ। ਇਹਦਾ ਮਤਲਬ ਅੰਮ੍ਰਿਤ ਛੱਕਿਆ ਹੋਇਆ ਵੀ ਸਾਡਾ ਕਿਸੇ ਅਰਥ ਨਹੀਂ ਹੈ, ਅੰਮ੍ਰਿਤ ਸਿਰਫ ਇੱਕ ਵਿਖਾਵੇ ਦਾ ਹੈ। ਜਿਹੜੇ ਹੋਰ ਜਾਂਦੇ ਨੇ ਕਰਨ, ਪਰ ਜਿਹੜੇ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਬਣ ਕੇ, ਗੁਰੂ ਦਸ਼ਮੇਸ਼ ਪਿਤਾ ਦੇ ਬਚਨ ਸੁਣ ਕੇ ਉਹਦੇ ਬਚਨਾਂ ਤੋਂ ਪਰਵਾਰੇ ਹੋ ਕੇ ਜਾਂਦੇ ਨੇ, ਇਹ ਵੇਖ ਲਿਓ ਤੁਹਾਨੂੰ ਸਜਾਵਾਂ ਇੱਥੇ ਹੀ ਮਿਲਣੀਆਂ ਨੇ। ਮੈਂ ਬੇਨਤੀ ਕਰ ਰਿਹਾ, ਜਿਹੜੀ ਰਖਵਾਲਾ ਰਾਰੇ ਦੇ ਅਰਥ ਨੇ ਰਖਵਾਲਾ, ਉਹ ਰੱਖਿਆ ਕਰਨ ਵਾਲਾ, ਪਰ ਪਰਮਾਤਮਾ ਨੂੰ ਇਹ ਸਮਝਣਾ ਕਿ ਤੂੰ ਹੀ ਮੇਰਾ ਰਖਵਾਲਾ ਅਤੇ ਤੂੰ ਹੀ ਮੇਰੀ ਰੱਖਿਆ ਕਰਨੀ ਹੈ। ਅਰਜ਼ ਕਰਨੀ ਹੈ ਅਤੇ ਉਹਨੂੰ ਰਖਵਾਲਾ ਸਮਝਣਾ। ਹੁਣ ਦੱਦੇ ਦੇ ਅਰਥ ਕੀ ਨੇ? ਉਹ ਦਾਤਾਂ ਦੇਣ ਵਾਲਾ ਹੈ, ਦਾਤਾ ਵੀ ਹੈ ਅਤੇ ਦਾਤਾਂ ਵੀ ਦੇਣ ਵਾਲਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਣਹਾਰ, ਦਿੰਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਉਹ ਤੇ ਦਾਤਾ ਇਹੋ ਜਿਹਾ ਹੈ ਜਿਹੜਾ ਦਾਤਾ ਦਿੰਦਾ ਹੈ। ਉਹਨੂੰ ਸਮਝਣਾ ਵੀ ਤੂੰ ਦਾਤਾਂ ਦੇਗਾ ਤਾਂ ਮੈਂ ਦਾਤਾਂ ਲਊਂਗਾ, ਪਰਮਾਤਮਾ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਤੇਰੇ ਤੋਂ ਬਾਹਰ ਜਾ ਕੇ ਜਾਂ ਤੇਰੇ ਤੋਂ ਬਿਨਾਂ ਮੈਂ ਦਾਤਾਂ ਹਾਸਲ ਕਰ ਲਾਂ। ਹੁਣ ਦਾਤਾਂ ਕੀ ਹੁੰਦੀਆਂ ਨੇ? ਬੇਨਤੀ ਕਰੂੰਗਾ। ਅੱਜ ਬੰਦਾ ਕਹਿੰਦਾ ਮੈਨੂੰ ਮਿਲਿਆ ਹੀ ਕੁਝ ਨਹੀਂ, ਜਿਹੜੇ ਬਾਹਰ ਬੈਠੇ ਨੇ ਇੰਗਲੈਂਡ, ਅਮੈਰੀਕਾ, ਕੈਨੇਡਾ ਬੈਠੇ ਨੇ, ਐਡੀਆਂ ਸੋਹਣੀਆਂ ਕੰਟਰੀਆਂ, ਵੱਡੀਆਂ ਕੰਟਰੀਆਂ ਵਿੱਚ ਬੈਠੇ ਨੇ, ਡਾਲਰਾਂ ਅਤੇ ਯੂਰੋ ਪੌਂਡਾਂ ਵਿੱਚ ਖੇਡਣ ਵਾਲੇ ਲੋਕ ਵੀ ਕਹਿੰਦੇ ਨੇ ਸਾਨੂੰ ਗੁਰੂ ਨੇ ਕੀ ਦਿੱਤਾ ਹੈ।
ਮੈਨੂੰ ਹੈਰਾਨਗੀ ਹੁੰਦੀ ਹੈ ਵੀ ਹੋਰ ਦੱਸੋ ਤੁਸੀਂ ਗੁਰੂ ਤੋਂ ਕੀ ਭਾਲਦੇ ਹੋ। ਵਧੀਆ ਪੈਸਾ ਹੈ, ਪਰ ਮੈਂ ਬੇਨਤੀ ਕਰ ਰਿਹਾ, ਉਹ ਲੋਕ ਦੁਖੀ ਨੇ। ਇਕੱਲਾ ਪੈਸਾ ਹੀ ਸਭ ਕੁਝ ਨਹੀਂ। ਬੜੇ ਫੋਨ ਆਉਂਦੇ ਨੇ, ਸਾਡਾ ਬੇਟਾ ਕਹਿਣੇ ਵਿੱਚ ਨਹੀਂ ਹੈ, ਸਾਡੀ ਧੀ ਕਹਿਣੇ ਵਿੱਚ ਨਹੀਂ ਹੈ, ਮੇਰਾ ਪਤੀ ਸ਼ਰਾਬ ਪੀਂਦਾ ਜੀ, ਮੇਰੀ ਪਤਨੀ ਮੇਰੇ ਕਹਿਣੇ ਤੋਂ ਬਾਹਰ ਹੈ। ਹੁਣ ਦੱਸੋ, ਉੱਥੇ ਪੈਸਾ ਮਹੀਨੇ ਨਹੀਂ, ਉੱਥੇ ਜਦੋਂ ਖੁਸ਼ੀਆਂ ਹੀ ਪਰਿਵਾਰ ਵਿੱਚ ਨਹੀਂ ਨੇ, ਬੰਦਾ ਦੁਖੀ ਹੈ, ਉੱਥੇ ਪੈਸੇ ਦਾ ਦੱਸੋ ਕੀ ਬੰਦਾ ਚਾਰ ਪਾਏਗਾ। ਦਾਤਾਂ ਤਾਂ ਮਿਲੀਆਂ ਨੇ, ਪਰ ਦਾਤਾਂ ਨੂੰ ਦੇਣ ਵਾਲਾ ਜਦੋਂ ਦਾਤਾ ਭੁਲਾ ਦਈਏ, ਇਹੋ ਜਿਹੀ ਦਸ਼ਾ ਹੋਣੀ ਵਾਜਬ ਹੈ। ਪਰਮਾਤਮਾ ਕਹਿੰਦੇ, ਦਾਤਾਂ ਨਾਲ ਪਿਆਰ ਕੀਤਾ, ਦਾਤਾਂ ਤੈਨੂੰ ਦੇ ਦਿੱਤੀਆਂ, ਹੁਣ ਮਨ ਦਾ ਸੁੱਖ ਨਾ ਭਾਲੀ। ਇਸੇ ਕਰਕੇ ਮੈਂ ਅਰਜ਼ ਕੀਤੀ ਸੀ ਕਿ ਪਿਆਰਿਓ ਤੁਧ ਬਿਨ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ। ਉਹ ਪਰਮਾਤਮਾ ਨੂੰ ਭੁਲਾ ਕੇ ਜੇ ਦਾਤਾਂ ਮੰਗਾਂਗੇ ਤਾਂ ਫਿਰ ਇਹੋ ਜਿਹੀਆਂ ਦਸ਼ਾਂ ਸਾਡੀਆਂ ਵੀ ਹੋ ਜਾਣੀਆਂ ਨੇ। ਪਾਤਸ਼ਾਹ ਕੀ ਕਹਿੰਦੇ ਨੇ, ਹੁਣ ਦਾਤਾ ਕੀ ਹੈ? ਆਪਾਂ ਅਰਦਾਸ ਦੇ ਅਖਰੀ ਅਰਥ ਸ਼ਬਦ ਸਮਝ ਰਹੇ ਹਾਂ। ਅਰਦਾਸ ਨੂੰ ਅਰਜ਼ੋਈ ਕਰਨੀ ਹੈ, ਉਹਨੂੰ ਰਖਵਾਲਾ ਸਮਝਣਾ, ਆਪਣਾ ਭਰੋਸਾ ਰੱਖਣਾ। ਦਾਤਾ ਉਹਨੂੰ ਦਾਤਾ ਸਮਝਣਾ, ਇੱਕੋ ਹੀ ਦਾਤਾ, ਤੂੰ ਇੱਕੋ ਹੀ ਦਾਤਾ, ਪਰਮਾਤਮਾ ਮੇਰਾ ਹੋਰ ਕੋਈ ਦਾਤਾ ਨਹੀਂ, ਅਤੇ ਤੂੰ ਹੀ ਮੇਰਾ ਦਾਤਾ ਹੈ, ਤੂੰ ਹੀ ਮੇਰਾ ਪਰਵਰਦਿਗਾਰ ਹੈ, ਤੂੰ ਹੀ ਮੇਰਾ ਵਾਹਿਗੁਰੂ ਹੈ, ਤੂੰ ਹੀ ਮੇਰਾ ਸਭ ਕੁਝ ਹੈ, ਤੂੰ ਹੀ ਮੇਰਾ ਦਾਤਾ ਹੈ, ਅਤੇ ਤੂੰ ਹੀ ਮੈਨੂੰ ਦਾਤਾਂ ਦੇਣੀਆਂ ਨੇ। ਬਸ ਇੰਨੀ ਕੁ ਕਿਰਪਾ ਕਰੀ, ਮੈਨੂੰ ਦੁਨਿਆਵੀ ਦਾਤਾਂ ਦੇ ਨਾਲ ਨਾਲ ਮੈਨੂੰ ਨਾਮ ਸਿਮਰਨ ਦੀ ਦਾਤ ਵੀ ਦੇ ਦੀ, ਇੰਨੀ ਕੁ ਕਿਰਪਾ ਰੱਖੀ। ਦਾਤਾਂ ਅਰਦਾਸ ਅਤੇ ਸੱਸੇ ਦੇ ਅਰਥ ਕੀ ਨੇ? ਸਹਾਇਤਾ ਕਰਨ ਵਾਲਾ। ਅਰਦਾਸ ਚਾਰ ਅੱਖਰਾਂ ਦਾ ਸ਼ਬਦ ਹੈ, ਅਤੇ ਅਰਦਾਸ ਦੀ ਸ਼ਕਤੀ ਜੇ ਕਿਤਾਬ ਤੁਹਾਨੂੰ ਕਿਤੇ ਮਿਲੇ ਤਾਂ ਜ਼ਰੂਰ ਪੜ੍ਹਿਓ, ਤੁਹਾਡਾ ਭਰੋਸਾ ਗੁਰੂ 'ਤੇ ਬਣ ਜਾਣਾ। ਪਰ ਬੇਨਤੀ ਨੂੰ ਸਮਝਿਓ, ਸੱਸੇ ਦਾ ਅਰਥ ਕੀ ਹੈ? ਸਹਾਇਤਾ ਕਰਨ ਵਾਲਾ। ਉਹ ਪਰਮਾਤਮਾ ਐਸਾ ਹੈ ਜਿਹੜਾ ਸਹਾਇਤਾ ਕਰਦਾ ਹੈ, ਪਰਮਾਤਮਾ ਸਹਾਇਤਾ ਕਰਦਾ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੈ। ਉਹ ਪਰਮਾਤਮਾ ਸਹਾਇਤਾ ਕਰਦਾ, ਪਰ ਉਹ ਸਿੱਖ ਉਹੀ ਹੈ, ਉਹੀ ਗੁਰੂ ਦਾ ਹੈ ਜੋ ਉਹਦੇ ਭਾਣੇ ਵਿੱਚ ਚੱਲਦਾ, ਉਹਦੀ ਸਹਾਇਤਾ ਦੇ ਨਾਲ ਚੱਲਦਾ, ਉਹਦੀ ਪਰਮਾਤਮਾ ਦੀ ਦੱਸੀ ਹੋਈ ਦਸ਼ਾ ਨਕਸ਼ 'ਤੇ ਚੱਲਦਾ ਹੈ। ਕਹਿੰਦੇ ਉਹ ਸਦਾ ਹੀ ਗੁਰੂ ਨੂੰ ਪ੍ਰਵਾਨ ਹੁੰਦਾ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੈ। ਜਿਹੜੀ ਆਪਣੀ ਮਤ ਨਾਲ ਚੱਲਦਾ ਹੈ, ਗੁਰੂ ਤੋਂ ਪਰਵਾਰ ਹੋ ਕੇ ਚੱਲਦਾ ਹੈ, ਗੁਰੂ ਫਿਰ ਉਹਦੇ 'ਤੇ ਕਿਰਪਾ ਨਹੀਂ ਕਰਦਾ। ਗੁਰੂ 'ਤੇ ਫਿਰ ਉਹਨੂੰ ਕਹਿ ਦਿੰਦਾ, ਉਹਨੂੰ ਛੱਡ ਦਿੰਦਾ ਵੀ ਜਾ ਭਾਈ, ਹੁਣ ਜੋ ਤੂੰ ਕਰਨਾ ਉਹ ਕਰ ਸਕਦਾ ਹੈ। ਇਸ ਕਰਕੇ ਅਰਦਾਸ ਜਦੋਂ ਕਰਨੀ ਹੈ ਨਾ, ਅਰਦਾਸ ਦੇ ਇਹ ਚਾਰ ਸ਼ਬਦ ਸਮਝ ਲੈਣੇ ਨੇ ਕਿ ਅਰਦਾਸ ਕੀ ਹੈ। ਅਰਜ਼ੋਈ ਕਰਨੀ ਹੈ, ਉਹਨੂੰ ਦਾਤਾ ਸਮਝਣਾ, ਉਹਨੂੰ ਰੱਖਿਆ ਕਰਨ ਵਾਲਾ ਸਮਝਣਾ, ਅਤੇ ਸੱਸੇ ਦਾ ਅਰਥ ਉਹਨੂੰ ਸਹਾਇਤਾ ਕਰਨ ਵਾਲਾ ਸਮਝਣਾ, ਉਹਨੂੰ ਸਦਾ ਸਹਾਈ ਸਮਝਣਾ, ਆਪਦੇ ਕੋਲੇ ਸਮਝਣਾ, ਉਹਨੂੰ ਹਾਜ਼ਰ ਨਾਜ਼ਰ ਸਮਝਣਾ, ਉਹਦੇ 'ਤੇ ਸ਼ੱਕ ਨਹੀਂ ਕਰਨਾ। ਸੱਸੇ ਦੇ ਅਰਥ ਇਹ ਵੀ ਨੇ, ਕਿਉਂਕਿ ਜੇ ਸ਼ੱਕ ਆ ਗਿਆ ਤਾਂ ਫਿਰ ਕੋਈ ਹੱਲ ਨਹੀਂ ਹੋ ਸਕਦਾ। ਇਸ ਕਰਕੇ ਬਿਨ ਗੁਰ ਬੰਧਨ ਟੁੱਟੈ ਨਾਹੀ ਗੁਰਮੁਖ ਮੁਖ ਦੁਆਰਾ, ਆਰੰਭ ਵਿੱਚ ਅਰਜ਼ ਕੀਤੀ ਸੀ ਨਾ। ਇਸ ਕਰਕੇ ਬਿਨ ਗੁਰ ਬੰਧਨ ਟੁੱਟੈ ਨਾਹੀ, ਉਹ ਤੋਂ ਬਿਨਾਂ ਬੰਧਨ ਨਹੀਂ ਟੁੱਟ ਸਕਦੇ। ਗੁਰਮੁਖ ਮੁਖ ਦੁਆਰਾ, ਹੇ ਪਰਮਾਤਮਾ ਮੈਂ ਤੇਰੇ ਦਰ 'ਤੇ ਗੁਰਮੁਖ ਬਣਨਾ ਚਾਹੁੰਦਾ, ਆ ਕੇ ਮੈਨੂੰ ਗੁਰਮੁਖ ਬਣਾ ਲਈ ਅਤੇ ਮੇਰੇ ਸਾਰੇ ਪਾਪ ਧੋ ਕੇ ਮੈਨੂੰ ਮੋਖ ਦੁਆਰ ਦੀ ਪ੍ਰਾਪਤੀ ਕਰਵਾ ਦੀ। ਐਸਾ ਆਪਾਂ ਗੁਰੂ ਤੋਂ ਮੰਗਣਾ ਹੈ। ਅਰਦਾਸ ਕਰਨ ਵੇਲੇ ਦੁਬਧਾ ਨਾ ਹੋਵੇ, ਅਰਦਾਸ ਕਰਨ ਵੇਲੇ ਭਰੋਸਾ ਪੂਰਨ ਰੂਪ ਵਿੱਚ ਹੋਵੇ, ਅਤੇ ਗੁਰੂ ਨੂੰ ਹੀ ਆਪਣਾ ਸਮਝਣਾ ਅਤੇ ਗੁਰੂ ਦੇ ਹੋ ਜਾਣਾ। ਕਹਿੰਦੇ ਜੇ ਆਪਣਾ ਕਿਸੇ ਨੂੰ ਬਣਾ ਲਉਂਗੇ ਜ਼ਿੰਦਗੀ ਵਿੱਚ, ਆਪਣਾ ਕਿਸੇ ਨੂੰ ਬਣਾ ਲਉਂਗੇ ਅਤੇ ਉਹਦੇ ਬਣ ਕੇ ਰਹਿਣਾ ਤੁਹਾਡਾ ਵੀ ਫਰਜ਼ ਬਣਦਾ।
ਜੇ ਆਪਾਂ ਗੁਰੂ ਨੂੰ ਆਪਣਾ ਸਮਝਦੇ ਹਾਂ ਤੇ ਉਹਦੇ ਬਣ ਕੇ ਰਹਿਣਾ ਵੀ ਸਾਡੀ ਇੱਕ ਬਹੁਤ ਵੱਡੀ ਸੇਵਾ ਹੈ। ਗੁਰੂ ਦੇ ਬਣ ਕੇ ਰਹੀਏ ਤੇ ਗੁਰੂ ਫਿਰ ਅਰਦਾਸ ਪੂਰੀ ਕਰਦਾ ਤੇ ਫਿਰ ਪਾਤਸ਼ਾਹ ਕਿਰਪਾ ਕਰਦੇ ਨੇ। ਅੱਜ ਸਾਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ। ਅੱਜ ਇਹੋ ਹੀ ਗੱਲਾਂ ਕਰਕੇ ਸਾਡੇ ਵਿੱਚ ਘਾਟ ਹੈ ਤੇ ਗੁਰੂ ਤੋਂ ਅਸੀਂ ਦੂਰ ਹੋ ਕੇ ਬੈਠੇ ਹਾਂ ਤੇ ਗੁਰੂ ਸਾਡੀਆਂ ਜਿਹੜੀਆਂ ਮੰਗਾਂ ਨੇ ਨਾ ਦੁਨਿਆਵੀ ਤੇ ਪੂਰੀਆਂ ਕਰ ਦਿੰਦਾ। ਜੋ ਅਸਲ ਮਹੀਨੇ ਵਿੱਚ ਰੂਹ ਦਾ ਸਕੂਨ ਹੈ, ਮਨ ਦਾ ਸਕੂਨ ਹੈ, ਮਨ ਦੀ ਸ਼ਾਂਤੀ ਹੈ, ਉਹਨੂੰ ਅਸੀਂ ਅੱਜ ਲੈ ਨਹੀਂ ਪਾ ਰਹੇ ਤੇ ਬੰਦਾ ਅੱਜ ਆਤਮਿਕ ਤੌਰ ਤੇ ਬੜਾ ਦੁਖੀ ਹੋਇਆ ਬੈਠਾ। ਉਹਦਾ ਕਾਰਨ ਸਿਰਫ ਤੇ ਸਿਰਫ ਇਹ ਹੋਈ ਹੈ। ਅਰਦਾਸ ਦੀ ਜੁਗਤੀ ਇਹ ਵੀ ਹੈ, ਸਮਝਣਾ ਪੈਣਾ ਸਾਨੂੰ। ਦਸ਼ਮੇਸ਼ ਪਿਤਾ ਨੂੰ ਕਹੋ, ਆਪਾਂ ਕਹਿੰਦੇ ਨਾ ਚਿੱਟੀਆਂ ਬਾਜਾਂ ਵਾਲੇ ਨੀਲੇ ਘੋੜੇ ਦੇ ਅਸਵਾਰ, ਹੇ ਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੰਗ ਸੰਗ ਹੋਣਾ ਜੀ ਸਹਾਏ, ਅਰਦਾਸ ਵਿੱਚ ਵੀ ਆਪਾਂ ਕਹਿੰਦੇ ਹਾਂ ਨਾ। ਅਤੇ ਕਦੇ ਉਸ ਚੀਜ਼ ਨੂੰ ਰਿਲਾਈਜ਼ ਕਰਕੇ ਸਮਝੀਏ ਵੀ ਮਨ ਅੰਦਰ, ਅਤੇ ਫਿਰ ਵੇਖਿਓ ਕਿਵੇਂ ਕਿਰਪਾ ਹੁੰਦੀ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ। ਧੰਨ ਗੁਰੂ ਗੋਬਿੰਦ ਸਿੰਘ ਜੀ। ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਹੈ ਬਖਸ਼ਿਸ਼ ਕਰਿਓ। ਬੇਨਤੀਆਂ ਕਰੋ, ਪ੍ਰਵਾਨ ਬੁਲਾਓ, ਫਤਿਹ ਜੀ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।